ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਕਪੂਰਥਲਾ ਦੇ ਸਹਿਯੋਗ ਦੇ ਨਾਲ ਪਿੰਡ ਆਰਿਆਂਵਾਲ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਸਰਪੰਚ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਲੋਕਾਂ ਨੂੰ ਪਾਣੀ ਦੀ ਬਚਤ ਸਬੰਧੀ ਜਾਗਰੂਕ ਕਰਨ ਲਈ ਸਵੱਛ ਭਾਰਤ ਮੁਹਿੰਮ ਤਹਿਤ ਆਪਣੇ ਘਰਾਂ ਦਾ ਆਲਾ ਦੁਆਲਾ ਸਾਫ਼ ਰੱਖਣ ਲਈ ਲਾਡੀ ਜੱਗਾਵਾਲਾ ਦੀ ਨਾਟਕ ਮੰਡਲੀ ਵੱਲੋਂ ਖਬਰਦਾਰ ਬਾਈ ਖਬਰਦਾਰ ਨਾਟਕ ਦਾ ਸਫਲਤਾਪੂਰਵਕ ਮੰਚਨ ਕੀਤਾ ਗਿਆ। ਇਸ ਮੌਕੇ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ SGO ਤਜਿੰਦਰ ਸਿੰਘ ਵਾਲੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਾਣੀ ਸਾਡੇ ਜੀਵਨ ਵਿੱਚ ਪਰਮਾਤਮਾ ਦੀ ਦਿੱਤੀ ਇੱਕ ਵਡਮੁੱਲੀ ਦਾਤ ਹੈ, ਸਾਨੂੰ ਇਸ ਦੀ ਧਿਆਨ ਨਾਲ ਵਰਤੋਂ ਕਰਨੀ ਚਾਹੀਦੀ ਹੈ। ਪਿੰਡ ਆਰਿਆਂਵਾਲ ਦੇ ਸਰਪੰਚ ਸਰਬਜੀਤ ਕੌਰ ਨੇ ਇਸ ਮੌਕੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਲੋਕਾਂ ਨੂੰ ਕੁਦਰਤੀ ਸਾਧਨਾਂ ਦੀ ਸਾਂਭ ਸੰਭਾਲ ਕਰਨ ਲਈ ਕਿਹਾ। ਇਸ ਮੌਕੇ ਗੁਰਪ੍ਰੀਤ ਸਿੰਘ, ਗੋਪੀ, ਪੰਚਾਇਤ ਮੈਂਬਰ ਰਾਣੀ, ਰਣਜੀਤ ਸਿੰਘ, ਸਰਦੂਲ ਸਿੰਘ, ਦਲਵੀਰ ਸਿੰਘ, IDBI ਰਾਜੀਵ ਅਰੋੜਾ, ਗੁਰਮੁਖ ਸਿੰਘ ਟੋਡ, ਵਿਜੇ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਵੱਛ ਭਾਰਤ ਗ੍ਰਾਮੀਣ ਜਿਹੜਾ ਗ੍ਰਾਮੀਣ ਦੇ ਤੌਰ ਤੇ ਸੈਂਟਰ ਦੇ ਭਾਰਤ ਸਰਕਾਰ ਤੇ ਰਾਜ ਸਰਕਾਰ ਦੇ ਸਹਿਯੋਗ ਨਾਲ ਘਰ ਘਰ ਪਹੁੰਚਾਇਆ ਜਾ ਰਿਹਾ ਪਿੰਡਾਂ ਦੇ ਵਿੱਚ। ਉਹਦੇ ਤਹਿਤ ਜਿਹੜੇ ਸਾਡੇ ਦੋ ਪ੍ਰੋਜੈਕਟ ਹੈਗੇ, ਭਾਰਤ ਸਰਕਾਰ ਅਤੇ ਰਾਜ ਸਰਕਾਰ ਨੇ ਉਪਰਾਲਾ ਕੀਤਾ ਵੀ ਹਰ ਘਰ ਦੇ ਵਿੱਚ ਟੋਇਲਟ ਹੋਣੀ ਚਾਹੀਦੀ ਹੈ, ਜਿਹਦੀ 15,000 ਰੁਪਈਆ ਸਬਸਿਡੀ ਇੱਕ ਇਨਸੈਂਟਿਵ ਦੇ ਤੌਰ 'ਤੇ ਦਿੱਤੀ ਜਾ ਰਹੀ ਹੈ। ਪਾਣੀ ਦੇ ਤਹਿਤ ਇੱਥੇ ਆਲਰੇਡੀ ਵਾਟਰ ਸਪਲਾਈ ਸਕੀਮ ਲੱਗੀ ਹੈ ਅਤੇ ਲੋਕਾਂ ਨੂੰ ਜਿਨ੍ਹਾਂ ਦੇ ਘਰਾਂ 'ਚ ਨਹੀਂ ਹੈ, ਲੋਕਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ 'ਚ ਪਾਣੀ ਨਹੀਂ ਹੈ ਉਹਨਾਂ ਨੂੰ ਮਤਲਬ ਪਾਣੀ ਮੁਹੱਈਆ ਕਰਾਉਣਾ, ਹਰ ਘਰ ਪ੍ਰਾਈਵੇਟ ਕਨੈਕਸ਼ਨ ਦੇਣਾ ਅਤੇ ਪਿੰਡ ਦੇ ਪੰਚਾਇਤ ਦੇ ਅਤੇ ਜਿਹੜੀ ਇੱਥੇ ਗ੍ਰਾਮ ਪੰਚਾਇਤ ਕਮੇਟੀ ਬਣੀ ਹੈ ਉਹਦੇ ਲੋਕਾਂ ਨੂੰ ਉਹਨਾਂ ਨੂੰ ਸੁਚੇਤ ਕਰਨਾ ਅਤੇ ਲੋਕਾਂ ਨੂੰ ਪਾਣੀ ਕਿਸ ਤਰ੍ਹਾਂ ਰੱਖ ਰਖਾਓ ਕਰਨਾ, ਪਾਣੀ ਦਾ ਕਿੱਦਾਂ ਬਚਾਇਆ ਜਾ ਸਕਦਾ ਉਹਦੇ ਬਾਰੇ ਅਵੇਅਰ ਕਰਨਾ ਇਹ ਅੱਜ ਦਾ ਮਕਸਦ ਹੈ। ਸੋ ਸਾਡੇ ਮਹਿਕਮੇ ਵੱਲੋਂ ਵਾਟਰ ਸਪਲਾਈ ਸੈਨੀਟੇਸ਼ਨ ਵੱਲੋਂ ਕਪੂਰਥਲਾ ਵੱਲੋਂ ਇਹ ਅਪੀਲ ਹੈ ਲੋਕਾਂ ਨੂੰ ਕਿ ਇਹਦਾ ਫਾਇਦਾ ਉਠਾਉਣ ਸਰਕਾਰ ਦੀਆਂ ਸਕੀਮਾਂ ਦਾ। ਮੈਂ IDBI ਬੈਂਕ ਤੋਂ ਬ੍ਰਾਂਚ ਮੈਨੇਜਰ ਰਾਜੀਵ ਅਰੋੜਾ। ਪਿੰਡ ਆਰਿਆਂਵਾਲ ਵਿੱਚ ਜੋ ਸਵੱਛ ਭਾਰਤ ਦੇ ਉੱਪਰ ਅੱਜ ਇੱਕ ਉਚੇਚੇ ਤੌਰ 'ਤੇ ਸਰਕਾਰ ਦੇ ਉਪਰਾਲੇ ਦੇ ਤਹਿਤ ਫੰਕਸ਼ਨ ਰੱਖਿਆ ਗਿਆ ਹੈ, ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਬਹੁਤ ਹੀ ਅੱਛਾ ਉੱਦਮ ਕੀਤਾ, ਕਿਉਂਕਿ ਸਮੇਂ ਦੀ ਮੰਗ ਹੈ ਕਿ ਆਪਾਂ ਇਸ ਬਾਰੇ ਜਾਗਰੂਕ ਹੋਈਏ ਕਿ ਪਾਣੀ ਨੂੰ ਕਿਸ ਤਰ੍ਹਾਂ ਸੰਭਾਲਿਆ ਜਾਵੇ। ਜੇ ਅਸੀਂ ਪਾਣੀ ਨੂੰ ਇਸ ਵੇਲੇ ਸੰਭਾਲਣ ਦੇ ਪ੍ਰਤੀ ਜਾਗਰੂਕ ਨਹੀਂ ਹੁੰਦੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬ ਨੂੰ ਰੇਗਿਸਤਾਨ ਬਣਾ ਦੇਵਾਂਗੇ। ਇਸ ਕਰਕੇ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਕਿ ਅਸੀਂ ਸਾਰੇ ਨਿਸ਼ਚਾ ਕਰ ਲਈਏ ਕਿ ਪਾਣੀ ਦੀ ਹਰ ਬੂੰਦ ਨੂੰ ਵਿਅਰਥ ਜਾਣ ਤੋਂ ਅਸੀਂ ਬਚਾਉਣਾ ਹੈ। ਉਸ ਤੋਂ ਇਲਾਵਾ ਜੋ ਸਰਕਾਰ ਦੇ ਸੁਨੇਹੇ ਨੇ ਉਹਨਾਂ ਨੂੰ ਅਸੀਂ ਸੰਜੀਦਗੀ ਨਾਲ ਸੁਣੀਏ ਅਤੇ ਲਾਗੂ ਕਰੀਏ। ਸਰਕਾਰ ਜੋ ਜਾਗਰੂਕਤਾ ਫੈਲਾ ਰਹੀ ਹੈ ਹਰ ਜਗ੍ਹਾ 'ਤੇ ਪ੍ਰਿੰਟ ਮੀਡੀਆ ਦੇ ਵਿੱਚ ਜਾ ਕੇ ਔਰ ਪਿੰਡਾਂ 'ਚ ਕੈਂਪ ਲਗਾ ਕੇ, ਉਹ ਬੇਵਜ੍ਹਾ ਨਹੀਂ ਹੈਗੇ, ਉਹ ਪੋਲੀਟੀਕਲ ਨਹੀਂ ਹੈਗੇ, ਉਹ ਵਾਕਈ ਇਸ ਵੇਲੇ ਸਮੇਂ ਦੀ ਮੰਗ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ, ਆਪਣੀ ਮਿੱਟੀ ਨੂੰ ਬਚਾਈਏ, ਪਾਣੀ ਨੂੰ ਬਚਾਈਏ। ਪਾਣੀ ਦਾ ਬਚਣਾ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਸਾਨੂੰ ਮਾਫ਼ ਨਹੀਂ ਕਰੇਗੀ। ਇਸ ਲਈ ਬੈਂਕ ਦਾ ਵੀ ਇਹੀ ਸੁਨੇਹਾ ਹੈ ਕਿ ਪਾਣੀ ਦੇ ਪ੍ਰਤੀ ਅਸੀਂ ਜਾਗਰੂਕ ਰਹੀਏ ਅਤੇ ਜੋ ਬੈਂਕ ਵੱਲੋਂ ਸਹਿਯੋਗ ਇਹਦੇ ਵਿੱਚ ਪੋਸੀਬਲ ਹੈ ਉਹ ਹਮੇਸ਼ਾ ਹੀ ਬੈਂਕ ਸਰਕਾਰ ਦੇ ਨਾਲ ਸਹਿਯੋਗ ਕਰਦਾ ਆਇਆ। ਪਹਿਲਾਂ ਵੀ ਕਾਫੀ ਪ੍ਰੋਜੈਕਟਾਂ ਦੇ ਵਿੱਚ ਬੈਂਕ ਨੇ ਹਿੱਸਾ ਲਿਆ ਅਤੇ ਅੱਗੇ ਵੀ ਅਸੀਂ ਇਹ ਸਹਿਯੋਗ ਦਿੰਦੇ ਰਹਾਂਗੇ। ਧੰਨਵਾਦ। ਵਾਟਰ ਸੈਨੀਟੇਸ਼ਨ ਭਾਗ ਵਾਲਿਆਂ ਨੇ ਆਰਿਆਂਵਾਲ ਪਿੰਡ ਦੇ ਵਿੱਚ ਪਾਣੀ ਨੂੰ ਬਚਾਉਣ ਲਈ ਮੁਹਿੰਮ ਚਲਾਈ ਆ, ਉਹਦੇ ਵਿੱਚ ਇਲਾਕਾ ਨਿਵਾਸੀ ਪਿੰਡ ਵਾਸੀਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਪਾਣੀ ਨੂੰ ਕਿਵੇਂ ਬਚਾਇਆ ਜਾਵੇ। ਪਾਣੀ ਦੀ ਵੇਸਟੇਜ ਨੂੰ ਰੋਕਣ ਵਾਸਤੇ ਸਾਨੂੰ ਹਰ ਬੰਦੇ ਦੀ ਜ਼ਿੰਮੇਵਾਰੀ ਬਣਦੀ ਆ ਕਿ ਟੂਟੀਆਂ ਨੂੰ ਖੁੱਲ੍ਹਾ ਨਾ ਛੱਡਣ, ਫਾਲਤੂ ਪਾਣੀ ਜਿਹੜਾ ਆ ਉਹ ਨਾ ਵਰਤਿਆ ਜਾਵੇ। ਪਾਣੀ ਨੂੰ ਬਚਾਉਣ ਲਈ ਸਾਨੂੰ ਖੁਦ ਜ਼ਿੰਮੇਵਾਰੀ ਲੈਣੀ ਚਾਹੀਦੀ ਆ। ਪਾਣੀ ਦੀ ਰੋਕਥਾਮ ਲਈ ਜੇ ਅਸੀਂ ਨਾ ਇਹਨੂੰ ਰੋਕਿਆ, ਪਾਣੀ ਦੀ ਬਚਤ ਨਾ ਕੀਤੀ, ਤਾਂ ਅਸੀਂ ਆਉਣ ਵਾਲੇ ਕੱਲ੍ਹ ਵਿੱਚ ਬਹੁਤ ਪਿੱਛੇ ਜਾ ਡਿੱਗਾਂਗੇ, ਸਾਨੂੰ ਬਹੁਤ ਵੱਡੀ ਮੁਸ਼ਕਲ ਆਉਣਗੀਆਂ। ਵਾਟਰ ਸੈਨੀਟੇਸ਼ਨ ਕਮੇਟੀ ਦੇ ਇਹਨਾਂ ਨੇ ਇਹ ਪਾਣੀ ਦੀ ਬਚਤ ਨੂੰ ਰੋਕਣ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ। ਅਸੀਂ ਇਲਾਕਾ ਨਿਵਾਸੀਆਂ ਨੂੰ ਵੀ ਹਦਾਇਤਾਂ ਕੀਤੀਆਂ ਕਿ ਪਾਣੀ ਨੂੰ ਬਚਾਈਏ ਤਾਂ ਕਿ ਤਾਂ ਹੀ ਅਸੀਂ ਆਉਣ ਵਾਲੇ ਕੱਲ੍ਹ ਵਿੱਚ ਵਧੀਆ ਸਾਫ਼ ਸੁਥਰਾ ਪਾਣੀ ਪੀ ਸਕਾਂਗੇ। ਅਤੇ ਇਹਨਾਂ ਸ਼ਬਦਾਂ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਮੈਂ ਆਰਿਆਂਵਾਲ ਤੋਂ ਗੁਰਪ੍ਰੀਤ ਸਿੰਘ, ਜੋ ਕਿ ਮੇਰੀ ਮਦਰ ਸਰਪੰਚ ਆ ਆਰਿਆਂਵਾਲ ਪਿੰਡ ਤੋਂ। ਅਸੀਂ ਵੱਖ ਵੱਖ ਸਕੀਮਾਂ ਲੈ ਕੇ ਪਿੰਡ ਦਾ ਸੁਧਾਰ ਕਰ ਰਹੇ ਹਾਂ, ਮਨਰੇਗਾ ਤੋਂ ਜਿਵੇਂ ਕਿ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਾਂ, ਅਤੇ ਮੈਂ ਅੱਜ ਤੱਕ 75-76 ਪਰਿਵਾਰਾਂ ਨੂੰ ਮਨਰੇਗਾ ਵਿੱਚ ਰੁਜ਼ਗਾਰ ਦਵਾਇਆ। ਫਿਰ ਅਸੀਂ ਜਲ ਸਪਲਾਈ ਜੋ ਕਿ ਬਹੁਤ ਵਧੀਆ ਚੱਲ ਰਹੀ ਆ, ਅਸੀਂ ਇਸ ਪਿੰਡ ਨੂੰ ਵਾਟਰ ਸਪਲਾਈ ਦੀ ਸਕੀਮ ਦਵਾਈ, ਇਹਦੇ ਵਿੱਚ ਜੋ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾਵੇ, ਨਾਲ ਨਾਲ ਹੀ ਜਿਵੇਂ ਕਿ ਕਾਲਾ ਪੀਲੀਆਂ ਕੈਂਸਰ ਹੋ ਰਿਹਾ, ਪਵਾਂ ਪਾਣੀ ਦੇ ਰੋਗ ਵਾ, ਅਸੀਂ ਇਸ ਮੁਹਿੰਮ ਨੂੰ ਗਾਂਹ ਵਧਾਉਂਦੇ ਹੋਏ ਅੱਜ ਲੋਕਾਂ ਨੂੰ ਇਹ ਕਹਿ ਰਹੇ ਹਾਂ ਵੀ ਆਪਣੇ ਘਰ 'ਚ ਰੋਟੀ ਲਾਓ, ਵੀ ਪਾਣੀ ਵੇਸਟਿੰਗ ਨਾ ਕਰੋ, ਪਾਣੀ ਇੱਕ ਅਨਮੁੱਲੀ ਦਾਤ ਵਾ। ਜੇਕਰ ਇਹ ਚਲਾ ਗਿਆ
ਤਾਂ ਆਪਾਂ ਸਾਰੇ ਹੀ ਬੜੇ ਤੰਗ ਹੋਵਾਂਗੇ, ਰਾਜਸਥਾਨ ਬਣ ਜਾਏਗਾ ਜਿਵੇਂ ਕਿ ਬੰਜਰ ਜ਼ਮੀਨ ਹੁੰਦੀ ਆ। ਅਸੀਂ ਲੋਕਾਂ ਨੂੰ ਵਾਰ ਵਾਰ ਅਵੇਅਰ ਕਰਦੇ ਹਾਂ, ਕਈ ਸਾਨੂੰ ਟੈਕਨੀਕਲ ਕਮੇਟੀ ਦੀ ਬੜੀ ਜ਼ਰੂਰਤ ਆ, ਜੋ ਕਿ ਸਾਡੇ SDO ਸਾਹਿਬ ਆ, JI ਸਾਹਿਬ ਆ, ਉਹ ਸਾਨੂੰ ਸਮੇਂ ਸਮੇਂ ਸਿਰ ਸਾਡੇ ਪਿੰਡ ਵਿੱਚ ਆਣ ਕੇ ਪ੍ਰੋਗਰਾਮ ਕਰਨ, ਲੋਕਾਂ ਨੂੰ ਅਵੇਅਰ ਕਰਨ ਵੀ ਬਿੱਲ ਸਹੀ ਸਮੇਂ ਸਿਰ ਦੇਵੋ। ਇੱਕ ਸਰਕਾਰ ਨੇ ਬੜੀ ਵਧੀਆ ਪਾਲਿਸੀ ਕੱਢੀ ਸੀਗੀ ਵੀ ਜੋ ਕਿ ਜਿਹਦਾ 500 ਰੁਪਈਆ ਬਿੱਲ ਆਉਂਦਾ ਉਹਨੂੰ 25 ਰੁਪਏ ਬਿੱਲ ਆਇਆ ਕਰੂਗਾ, ਜਿਹਨੂੰ 1000 ਰੁਪਈਆ ਬਿੱਲ ਆਉਂਦਾ ਉਹਨੂੰ 50 ਰੁਪਈਏ ਬਿੱਲ ਆਇਆ ਕਰੂਗਾ, ਜਿਹਦੇ ਵਿੱਚੋਂ ਸਾਰਾ ਬਿਜਲੀ ਬੋਰਡ ਨੂੰ ਜਾਣਾ ਸੀ ਉਹਦੇ ਵਿੱਚੋਂ 20% ਸਾਨੂੰ ਹੈਂਡਓਵਰ ਪੰਚਾਇਤ ਨੂੰ ਜਿਹੜੀ ਵਾਟਰ ਸੈਨੀਟੇਸ਼ਨ ਕਮੇਟੀ ਉਹਨੂੰ ਹੋਣਾ ਸੀ, ਜੋ ਕਿ ਅਸੀਂ ਆਪਣੇ ਖਰਚ ਕਰ ਸਕਦੇ ਹਾਂ ਕਿਸੇ ਲਈ ਵੀ। ਉਹ ਇੰਨੀ ਵਧੀਆ ਸਕੀਮ ਸੀਗੀ ਕਿ ਵੀ ਦੋ ਮਹਿਕਮਿਆਂ ਵਿੱਚ ਇੱਕ ਕੰਮ ਹੁੰਦਾ ਸੀਗਾ ਵੀ ਅਸੀਂ ਬਿਜਲੀ ਦਾ ਬਿੱਲ ਵੀ ਤਾਰੇ ਹੁੰਦੇ ਸੀ, ਵਾਟਰ ਸਪਲਾਈ ਦਾ ਵੀ ਤਾਰੇ ਹੁੰਦੇ ਸੀਗੇ, ਨਾਲ ਹੀ ਕਿ ਸਾਡੀ ਪਿੰਡ ਵਿੱਚ ਵਾਟਰ ਸਪਲਾਈ ਬਹੁਤ ਵਧੀਆ ਤਰੀਕੇ ਚੱਲ ਸਕਦੀ ਸੀਗੀ। ਮੈਂ ਸਰਕਾਰ ਨੂੰ ਕਹਿੰਦਾ ਵਾਂ ਵਾਰ ਵਾਰ ਇਹ ਤਾਕੀਦ ਕਰਦਾ ਵੀ ਉਸ ਸਕੀਮ ਨੂੰ ਚਲਾਇਆ ਜਾਵੇ। ਇਸ ਲਈ ਮੈਂ ਸਾਰੇ ਲੋਕਾਂ ਨੂੰ ਇਹ ਕਹਿੰਦਾ ਵਾਂ ਵੀ ਤੁਸੀਂ ਇਹ ਪਾਣੀ ਲਵੋ, ਇਹ ਪਾਣੀ ਬਹੁਤ ਵਧੀਆ, ਇੱਥੇ RO ਸਿਸਟਮ ਲੱਗਾ ਪਿਆ ਬਹੁਤ ਵਧੀਆ ਵਾ। ਨਾਲ ਹੀ ਆਪਣੇ ਮਹਿਕਮੇ ਟੈਕਨੀਕਲ ਕਮੇਟੀ ਨੂੰ ਵੀ ਵਾਰ ਵਾਰ ਕਹਿੰਦਾ ਵਾ ਵੀ ਸਾਡਾ ਸਮੇਂ ਸਮੇਂ ਸਿਰ ਸਾਥ ਦਿਓ। ਇਸ ਲਈ ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।